ਹਾਂਜੀ ਪਹਿਲਾਂ ਦੋਹਾਂ ਦੋਸਤਾਂ ਨੇ ਨਸ਼ਾ ਕੀਤਾ, ਫਿਰ ਇੱਕ ਬੇਸੁੱਧ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਮੌਕੇ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਨੌਜਵਾਨ ਦਾ ਪਿਤਾ ਆਇਆ ਤੇ ਭੁੱਬਾ ਮਾਰ ਮਾਰ ਕੇ ਰੋਣ ਲੱਗਾ। ਦੱਸਦੇ ਕਿ ਦੋ ਦੋਸਤਾਂ ਨੇ ਪੇਪਰ ਲਾਇਆ ਸੀ, ਜਿਸ ਤੋਂ ਬਾਅਦ ਇੱਕ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸਨੂੰ ਬਟਾਲਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਫਿਰ ਕਿਤੇ ਜਾ ਕੇ ਉਸ ਨੌਜਵਾਨ ਨੂੰ ਹੋਸ਼ ਆਈ। ਤਾਂ ਦੱਸਦੇ ਕਿ ਦੋ ਨੌਜਵਾਨਾਂ ਦੇ ਵੱਲੋਂ ਨਸ਼ਾ ਕੀਤਾ ਗਿਆ, ਜਿਸ ਦੌਰਾਨ ਇੱਕ ਸਰਦਾਰ ਨੌਜਵਾਨ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਗੱਡੀ ਦੇ ਵਿੱਚ ਪਾ ਕੇ ਉਸ ਨੌਜਵਾਨ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਸਨੂੰ ਹੋਸ਼ ਆਈ। ਤਾਂ ਮੌਕੇ 'ਤੇ ਇਸ ਨੌਜਵਾਨ ਦਾ ਪਿਤਾ ਪਹੁੰਚਿਆ, ਜੋ ਭੁੱਬਾ ਮਾਰ ਮਾਰ ਕੇ ਰੋ ਰਿਹਾ। ਤਾਂ ਇੱਕ ਤਰੀਕੇ ਦੇ ਨਾਲ ਇਸ ਨੌਜਵਾਨ ਦਾ ਦੂਸਰਾ ਜਨਮ ਹੋਇਆ, ਜੋ ਗੁੰਮ ਹੋ ਗਿਆ ਸੀ, ਬੇਸੁੱਧ ਹੋ ਗਿਆ ਸੀ, ਹਸਪੀਟਲ ਦੇ ਵਿੱਚ ਆ ਕੇ ਇਸ ਨੌਜਵਾਨ ਨੂੰ ਹੋਸ਼ ਆਈ। ਪਹਿਲਾਂ ਦੋਹਾਂ ਦੋਸਤਾਂ ਨੇ ਨਸ਼ਾ ਕੀਤਾ, ਫਿਰ ਇੱਕ ਬੇਸੁੱਧ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਮੌਕੇ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਨੌਜਵਾਨ ਦਾ ਪਿਤਾ ਆਇਆ ਤੇ ਭੁੱਬਾ ਮਾਰ ਮਾਰ ਕੇ ਰੋਣ ਲੱਗਾ। ਦੱਸਦੇ ਕਿ ਦੋ ਦੋਸਤਾਂ ਨੇ ਪੇਪਰ ਲਾਇਆ ਸੀ, ਜਿਸ ਤੋਂ ਬਾਅਦ ਇੱਕ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸਨੂੰ ਬਟਾਲਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਫਿਰ ਕਿਤੇ ਜਾ ਕੇ ਉਸ ਨੌਜਵਾਨ ਨੂੰ ਹੋਸ਼ ਆਈ। ਤਾਂ ਦੱਸਦੇ ਕਿ ਦੋ ਨੌਜਵਾਨਾਂ ਦੇ ਵੱਲੋਂ ਨਸ਼ਾ ਕੀਤਾ ਗਿਆ, ਜਿਸ ਦੌਰਾਨ ਇੱਕ ਸਰਦਾਰ ਨੌਜਵਾਨ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਗੱਡੀ ਦੇ ਵਿੱਚ ਪਾ ਕੇ ਉਸ ਨੌਜਵਾਨ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਸਨੂੰ ਹੋਸ਼ ਆਈ। ਤਾਂ ਮੌਕੇ 'ਤੇ ਇਸ ਨੌਜਵਾਨ ਦਾ ਪਿਤਾ ਪਹੁੰਚਿਆ, ਜੋ ਭੁੱਬਾ ਮਾਰ ਮਾਰ ਕੇ ਰੋ ਰਿਹਾ। ਤਾਂ ਇੱਕ ਤਰੀਕੇ ਦੇ ਨਾਲ ਇਸ ਨੌਜਵਾਨ ਦਾ ਦੂਸਰਾ ਜਨਮ ਹੋਇਆ, ਜੋ ਗੁੰਮ ਹੋ ਗਿਆ ਸੀ, ਬੇਸੁੱਧ ਹੋ ਗਿਆ ਸੀ, ਹਸਪੀਟਲ ਦੇ ਵਿੱਚ ਆ ਕੇ ਇਸ ਨੌਜਵਾਨ ਨੂੰ ਹੋਸ਼ ਆਈ। ਪਹਿਲਾਂ ਦੋਹਾਂ ਦੋਸਤਾਂ ਨੇ ਨਸ਼ਾ ਕੀਤਾ, ਫਿਰ ਇੱਕ ਬੇਸੁੱਧ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਮੌਕੇ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਨੌਜਵਾਨ ਦਾ ਪਿਤਾ ਆਇਆ ਤੇ ਭੁੱਬਾ ਮਾਰ ਮਾਰ ਕੇ ਰੋਣ ਲੱਗਾ। ਦੱਸਦੇ ਕਿ ਦੋ ਦੋਸਤਾਂ ਨੇ ਪੇਪਰ ਲਾਇਆ ਸੀ, ਜਿਸ ਤੋਂ ਬਾਅਦ ਇੱਕ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸਨੂੰ ਬਟਾਲਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਫਿਰ ਕਿਤੇ ਜਾ ਕੇ ਉਸ ਨੌਜਵਾਨ ਨੂੰ ਹੋਸ਼ ਆਈ। ਤਾਂ ਦੱਸਦੇ ਕਿ ਦੋ ਨੌਜਵਾਨਾਂ ਦੇ ਵੱਲੋਂ ਨਸ਼ਾ ਕੀਤਾ ਗਿਆ, ਜਿਸ ਦੌਰਾਨ ਇੱਕ ਸਰਦਾਰ ਨੌਜਵਾਨ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਗੱਡੀ ਦੇ ਵਿੱਚ ਪਾ ਕੇ ਉਸ ਨੌਜਵਾਨ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਸਨੂੰ ਹੋਸ਼ ਆਈ। ਤਾਂ ਮੌਕੇ 'ਤੇ ਇਸ ਨੌਜਵਾਨ ਦਾ ਪਿਤਾ ਪਹੁੰਚਿਆ, ਜੋ ਭੁੱਬਾ ਮਾਰ ਮਾਰ ਕੇ ਰੋ ਰਿਹਾ। ਤਾਂ ਇੱਕ ਤਰੀਕੇ ਦੇ ਨਾਲ ਇਸ ਨੌਜਵਾਨ ਦਾ ਦੂਸਰਾ ਜਨਮ ਹੋਇਆ, ਜੋ ਗੁੰਮ ਹੋ ਗਿਆ ਸੀ, ਬੇਸੁੱਧ ਹੋ ਗਿਆ ਸੀ, ਹਸਪੀਟਲ ਦੇ ਵਿੱਚ ਆ ਕੇ ਇਸ ਨੌਜਵਾਨ ਨੂੰ ਹੋਸ਼ ਆਈ। ਕਦੀ ਵੱਧ ਖਾਧੀਆਂ ਨਹੀਂ ਬੰਦਾ ਉਹ ਹੈ।
ਕੰਟਰੋਲ ਕਰਨ ਲਈ ਇਹ ਵੀ 2,000-50,000 ਦੇ ਸਰ ਜਾਂਦਾ ਉਦੋਂ ਨਹੀਂ। ਇਹਦਾ ਨਾਂ ਹੈਗਾ ਭੱਟੀ ਕਹਿੰਦੇ, ਉਹਦਾ ਨਾਮ ਦਾ ਮੈਨੂੰ ਪੂਰੇ ਨੇਮ ਦਾ ਨਹੀਂ ਪਤਾ। ਕੁਛ ਨਹੀਂ ਭਾਅ ਜੀ, ਪੇਪਰ ਦੇ ਲਾਉਣ ਡਿਆ ਸੀ ਅਤੇ ਪਹਿਲਾਂ ਵੀ ਸ਼ਰਾਬ ਸ਼ੁਰੂ ਪੀਤੀ ਇਹਨਾਂ ਨੇ ਅਤੇ ਇਹਨਾਂ ਲਾ ਕੇ ਅਤੇ ਇੱਦਾਂ ਝੋਕ ਲੱਗੀ ਇਹਨਾਂ ਦੀ ਅਤੇ ਡਿੱਗੇ। ਅਤੇ ਮੈਂ ਕਿਹਾ ਭੱਟੀ ਦਾ ਭੱਟੀ ਵੀਰ ਇਹ ਉਸ 'ਚ ਨਹੀਂ ਆਇਆ। ਉਨੇ ਚਿਰ ਨੂੰ ਬੰਦੇ ਇਕੱਠੇ ਹੋ ਗਏ ਅਤੇ ਇੱਥੇ ਲੈ ਆਏ ਹੁਣ ਸਿਵਲ ਹੋਸਪਿਟਲ। ਕੁਆਂਟੀਟੀ ਜ਼ਿਆਦਾ ਹੈ? ਹਾਂਜੀ, ਨਹੀਂ ਜ਼ਿਆਦਾ ਤਾਂ ਨਹੀਂ, ਜਿੰਨਾ ਇਹ ਭਾਅ ਜੀ ਕਰਦੇ ਆ ਆਪਣਾ ਹੈ ਨਾ, ਇਹਨਾਂ ਨੇ ਉਨਾ ਹੀ ਲਿਆਂਦਾ ਸੀ। ਪਤਾ ਨਹੀਂ ਕਿਉਂ ਕਿੱਥੋਂ ਲਿਆਂਦਾ, ਇਹਨਾਂ ਨੇ ਲਿਆਂਦਾ ਸਾਰਾ ਕੁਝ। ਮੈਂ ਇਹਨਾਂ ਨੇ ਮੈਨੂੰ ਇਹਨਾਂ ਨੇ ਇੱਥੋਂ ਸਿਵਲ ਹੋਸਪਿਟਲ ਲਾਗੋ ਚੱਕਿਆ ਵਾ। ਨਹੀਂ ਯਕੀਨ ਤਾਂ ਬਾਹਰ ਭਾਅ ਜੀ ਬੈਠੇ, ਉਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੇ ਆਵਾਜ਼ ਮਾਰੀ ਮੈਨੂੰ ਗੱਡੀ 'ਚ ਬਿਠਾਇਆ, ਕਹਿੰਦੇ ਆ ਚੱਲੀ ਜਾਣਾ ਕੰਮ। ਮੈਂ ਕਿਹਾ ਪਤਾ ਨਹੀਂ ਕਿਹੜੇ ਕੰਮ ਜਾਣਾ, ਮੈਂ ਬਹਿ ਗਿਆ ਭਾਅ ਜੀ ਅਤੇ ਉੱਥੇ ਜਾ ਕੇ ਅਤੇ ਹਸਣੀ ਦੇ ਖੰਡੇ 'ਤੇ ਉਹਨਾਂ ਨੇ ਆਹ ਕੰਮ। ਤੁਸੀਂ ਤਾਂ ਸੁੱਟ ਕੇ ਭੱਜ ਚੱਲੇ ਹੋ ਭਾਅ ਜੀ। ਮੈਂ ਨਹੀਂ ਸੁੱਟ ਕੇ ਕਿਉਂ ਭੱਜਣਾ ਭਾਅ ਜੀ, ਤੁਹਾਡੇ ਮੈਂ ਨਾਲ ਆ ਗਿਆ। ਮੰਨ ਲਓ ਮੈਂ ਭੱਜ ਵੀ ਜਾਂਦਾ ਫਿਰ ਵੀ ਮੇਰਾ ਨਾਂ ਲੱਗਣਾ ਹੈ ਅਤੇ ਮੈਂ ਇਹਦੇ ਨਾਲ ਹਾਂ ਭਾਅ ਜੀ। ਤੁਸੀਂ ਇੰਜੈਕਸ਼ਨ ਲਾਉਂਦੇ ਕਿ ਤੁਸੀਂ ਵੀ ਪੇਪਰ 'ਤੇ ਲਾਉਂਦੇ? ਭਾਅ ਜੀ ਮੈਂ ਤਾਂ ਹੁਣ ਦਵਾਈ ਖਾਂਦਾ, ਜਾਂ ਫਿਰ ਲਓ ਦਵਾਈ ਲੈ ਕੇ ਆਇਆ ਮੈਂ ਦਵਾਈ ਦਾ। ਫਿਰ ਨਾਲ ਕਿਉਂ ਗਏ? ਹਾਂਜੀ ਦਵਾਈ ਖਾਂਦੇ ਫਿਰ ਨਾਲ ਕਿਉਂ ਗਏ? ਉਹ ਭਾਅ ਜੀ ਇਹਨਾਂ ਨੇ ਆਵਾਜ਼ ਮਾਰੀ ਭੱਟੀ, ਭਾਅ ਜੀ ਕਹਿੰਦੇ ਇਹਨੂੰ ਭੱਟੀ, ਪੂਰਾ ਨਾਮ ਨਹੀਂ ਭਾਅ ਜੀ ਮੈਨੂੰ ਪਤਾ। ਪੇਪਰ 'ਤੇ ਲਾਉਂਦੇ ਤੂੰ? ਸਾਡੇ ਕੋਲ ਨਾ ਇੱਕ ਪੇਸ਼ੈਂਟ ਆਇਆ ਸੀ ਪਰਮਿੰਦਰ ਸਿੰਘ ਡਰੱਗ ਓਵਰਡੋਜ਼ ਦੇ ਨਾਲ, ਅਤੇ ਅਸੀਂ ਉਹਨੂੰ ਫਸਟ ਏਡ ਦਿੱਤੀ ਹੈ। ਅਤੇ ਵੈਸੇ ਤਾਂ ਹੁਣ ਹੋਸਟ ਆ ਗਏ ਨੇ, ਪਰ ਪਹਿਲਾਂ ਉਹਨਾਂ ਦੀ ਕੰਡੀਸ਼ਨ ਜ਼ਿਆਦਾ ਹੀ ਸੀਕ ਸੀਗੀ, ਹੁਣ ਤਾਂ ਠੀਕ ਨੇ, ਪਹਿਲੇ ਨਾਲੋਂ ਬੈਟਰ ਨੇ। ਬਾਕੀ ਹਜੇ ਵੀ ਅਸੀਂ ਬੁਲਾ ਕੁਛ ਕਹਿ ਨਹੀਂ ਸਕਦੇ ਹੈਗੇ, ਹਜੇ ਵੀ ਉਹਨਾਂ ਨੂੰ ਸਪੈਸ਼ਲਿਸਟ ਦੀ ਜ਼ਰੂਰਤ ਹੈਗੀ ਆ। ਬਾਕੀ ਦੇਖੋ ਹੁਣ ਲੈ ਕੇ ਕੌਣ ਆਇਆ ਸੀ? ਲੈ ਕੇ ਸਾਡੇ ਕੋਲ ਉਹਨਾਂ ਦੇ ਨਾਲ ਹੀ ਕੋਈ ਫਰੈਂਡ ਸੀਗਾ ਉਹਨਾਂ ਦਾ, ਉਹੀ ਲੈ ਕੇ ਆਇਆ ਸੀਗਾ।